1 2 3 1 2 3 यहाँ से पढ़ाई के लिए लड़कियों को भेजना बहुत मुश्किल था, तो सपोर्ट्स में तो आबिदा अख्तर भारत शासित कश्मीर की वुशु खिडारन है। आबिदा ने मलेशिया इंटरनेशनल टूर्नामेंट विच सिल्वर मैडल सने होर कई मैडल जीते ने, पर ये सफर सौखा नहीं सी। हमारा मतलब यहाँ के लोग हैं उनमें ये बिल्कुल भी ये चीज़ मतलब उसको नहीं वो करते कि लड़की घर से बाहर जाए, वो फिर खेले, आगे पार्टिसिपेट करे किसी भी गेम में। तो वह यहाँ के लोगों के लिए वो बहुत मुश्किल, मतलब इवन के मुश्किल क्या, वो मतलब नामुमकिन काम था। आबिदा कश्मीर दूर दराडे देख पिंड तो है। जदों 2 साल दी सी तां उसके पिता का अणपछाते हमलावर वालों कतल कर दिता गया। स्कूल जाने की उम्र में ही आबिदा ने खेडना शुरू कर दिता। ये खेडना उदों बंद होया ਜਦੋਂ ਉਸਦਾ 21 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ। ਹਮਾਰੇ ਯਹਾਂ ਪੇ ਜੋ ਯਹਾਂ ਕਾ ਮਾਹੌਲ ਹੈ, ਜੋ ਕਲਚਰ ਹੈ ਹਮਾਰਾ, ਤੋ ਉਸਕੇ ਸਾਥ ਯਹਾਂ ਪੇ ਅਰਲੀ ਮੈਰਿਜ ਹੋਤੀ ਹੈ। ਤੋ 13 ਮੇਂ ਜਾ ਕੇ ਮੇਰੀ ਸ਼ਾਦੀ ਹੋਗੀ। ਸ਼ਾਦੀ ਕੇ ਸਾਥ ਹੀ ਮਤਲਬ ਮੇਰਾ ਸਭ ਕੁਛ ਸਪੋਰਟਸ ਪੜ੍ਹਾਈ ਵਗੈਰਾ ਮੈਂ ਬਿਲਕੁਲ ਰੁਕਾਵਟ ਪੜ ਗਈ। ਤੋ ਸ਼ਾਦੀ ਕੇ 2 ਸਾਲ ਬਾਅਦ ਡਿਵੋਰਸ ਹੋ ਗਿਆ। ਤੋ ਯੇ ਚੀਜ਼ ਮੇਰੇ ਲਈ ਇੱਕ ਬਹੁਤ ਮਤਲਬ ਮੈਂਟਲੀ ਮੈਂ ਮਤਲਬ ਬਹੁਤ ਡਿਪਰੈਸ ਹੋ ਗਈ ਸੀ ਔਰ 2-3 ਮਹੀਨੇ ਤੱਕ ਇਸੀ ਮੈਂ ਰਹੀ। ਬਿਲਕੁਲ ਮੈਂ ਘਰ ਸੇ ਬਾਹਰ ਨਹੀਂ ਨਿਕਲਤੀ ਥੀ, ਕੁਛ ਨਹੀਂ ਥਾ। ਯੇ ਪਕੜ ਕੇ ਥੋੜਾ 2 ਸਾਲਾਂ ਬਾਅਦ ਕੋਚ ਫਾਸਿਲ ਅਲੀ ਨੇ ਉਸ ਵਿੱਚ ਹਿੰਮਤ ਜਗਾਈ। ਗੁੱਡ ਗੁੱਡ ਆ ਪ੍ਰੈਸ 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 ਪ੍ਰੈਸ। ਇੱਕ ਦਿਨ ਮੈਂ ਸੁਣਨੇ ਮੈਂ ਆਈ ਕਿ ਉਹ ਮੈਨੂੰ ਬੋਲ ਰਹੇ ਸਰ ਮੇਰੀ ਸ਼ਾਦੀ ਹੋਣੇ ਵਾਲੀ ਹੈ। 1 ਸਾਲ ਕੇ ਬਾਅਦ ਮੈਂ ਸੁਣ ਰਹਾ ਹੂੰ ਕਿ ਆਬਿਦਾ ਕਾ ਡਾਇਵੋਰਸ ਹੋਇਆ ਹੈ। ਤੋ ਮੇਰੇ ਲਈ ਉਹ ਦੂਸਰਾ ਝਟਕਾ ਥਾ। ਤੋ ਹਮ ਜਬ ਘਰ ਗਏ ਤੋ ਵੋ ਰੋ ਰਹੀ ਥੀ, ਸਿਰਫ ਬਿਲਕੁਲ ਕੋਨੇ ਮੇਂ ਬੈਠ ਕੇ ਸਿਰਫ ਉਸਕਾ ਕਾਮ ਥਾ ਰੋਣਾ, ਵੋ ਘਰ ਸੇ ਬਾਹਰ ਹੀ ਨਿਕਲ ਰਹੀ ਥੀ। ਮੈਨੇ ਕਹਾ ਆਬਿਦਾ ਐਸਾ ਨਹੀਂ ਹੈ, ਆਪ ਹਿੰਮਤ ਮਤ ਹਾਰੋ, ਮੈਂ ਉਸਕਾ ਕਿਸੀ ਵੀ ਤਰੀਕੇ ਸੇ ਪਹਿਲੇ ਕਮ ਸੇ ਕਮ ਘਰ ਸੇ ਤੋ ਬਾਹਰ ਨਿਕਲੇ ਤਾਂ ਕਿ ਇਹ ਇੱਕ ਆਪਣੇ ਟਰੈਕ ਕੋ ਫਿਰ ਸੇ ਵਾਪਸ ਪਕੜੇ। ਫਿਰ ਆਹਿਸਤਾ ਆਹਿਸਤਾ ਇਸਨੇ ਮਿਹਨਤ ਫਿਰ ਸੇ ਕੀ ਸਟਾਰਟ। 2017 ਮੇਂ ਇਸਨੇ ਇੰਟਰਨੈਸ਼ਨਲ ਸੇ ਮੈਡਲ ਆਇਆ। ਟ੍ਰੇਨਿੰਗ ਦੁਬਾਰਾ ਸ਼ੁਰੂ ਕਰਨ ਦੇ 1 ਸਾਲ ਬਾਅਦ ਆਬਿਦਾ ਮਲੇਸ਼ੀਆ ਇੰਟਰਨੈਸ਼ਨਲ ਵੂਸ਼ੂ ਟੂਰਨਾਮੈਂਟ ਵਿੱਚ ਭਾਰਤ ਵੱਲੋਂ ਖੇਡੀ ਤੇ ਸਿਲਵਰ ਮੈਡਲ ਜਿੱਤ ਲਿਆਈ। ਹੁਣ ਆਬਿਦਾ ਇੱਕ ਫਿਜ਼ੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਦੀ ਟ੍ਰੇਨਰ ਹੈ ਤੇ ਆਪਣੇ ਇਲਾਕੇ 'ਚ ਕੁੜੀਆਂ ਨੂੰ ਟ੍ਰੇਨਿੰਗ ਦੇ ਰਹੀ ਹੈ। ਹਮੇ ਮੇਲ ਕੋਚ ਸੇ ਟ੍ਰੇਨ ਹੋਣਾ ਪੜਤਾ ਥਾ, ਮਤਲਬ ਮੇਰੇ ਟਾਈਮ ਪੇ ਯਾ ਮਤਲਬ ਮੇਰਾ ਜੋ ਮੇਰੇ ਕੋਚ ਹੈ ਵੋ ਮੇਲ ਥੇ। ਤੋ ਬਹੁਤ ਸਾਰੀ ਮਤਲਬ ਲੜਕੀਓ ਨੇ ਆਦੇ ਇਸਮੇ ਇਸ ਲਈ ਛੋੜ ਦਿਆ ਕਿ ਹਮੇ ਮੇਲ ਕੋਚ ਮਤਲਬ ਟ੍ਰੇਨ ਕਰਤੇ। ਤੋ ਮੇਰੇ ਜੋ ਮਤਲਬ ਸਟੂਡੈਂਟਸ ਹੈ ਆਜ ਜਿਨਕੋ ਮੈਂ ਟ੍ਰੇਨ ਕਰਤੀ ਹੂੰ, ਤੋ ਉਨਕੇ ਮਤਲਬ ਫੈਮਿਲੀ ਮੁਤਮਈਨ ਇਸ ਚੀਜ਼ ਸੇ ਕਿ ਵੋ ਮਤਲਬ ਆਪਣੇ ਫੀਮੇਲ ਟ੍ਰੇਨਰ ਸੇ ਹੀ ਟ੍ਰੇਨਿੰਗ ਲੇ ਰਹੀ ਹੈ।